ਪੰਜਾਬ ਦੇ ਪੂਰਵ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਅਤੇ ਬੱਚਿਆਂ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਏ ਅਤੇ ਗੁਰਬਾਣੀ ਦਾ ਸ਼ਰਵਣ ਕੀਤਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਨੂੰਨ ਦੇ ਉੱਤੇ ਕੋਈ ਨਹੀਂ ਹੈ ਅਤੇ ਉਹ ਹਾਈਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਨ। ਉਹਨਾਂ ਨੇ ਕਿਹਾ ਕਿ ਇਹ ਹਰਿਆਣਾ ਪੁਲਿਸ ਅਤੇ ਸਰਕਾਰ ਦੀ ਗਲਤੀ ਰਹੀ ਹੈ ਕਿ 144 ਧਾਰਾ ਲੱਗਣ ਤੋਂ ਬਾਅਦ ਵੀ ਇੰਨੇ ਲੋਕ ਉੱਥੇ ਇਕੱਠੇ ਹੋ ਗਏ ਅਤੇ ਅਗਰ ਹਰਿਆਣਾ ਸਰਕਾਰ ਪਹਿਲਾਂ ਹੀ ਕੜੇ ਕਦਮ ਉਠਾ ਲੈਂਦੀ ਤਾਂ ਇੰਨੀਆਂ ਜਾਨਾਂ ਬਚਾ ਲਈਆਂ ਜਾਣੀਆਂ ਸੀ। ਕੋਈ ਵੀ ਇਨਸਾਨ ਕਾਨੂੰਨ ਦੇ ਉੱਤੇ ਨਹੀਂ, ਜਿਹੜਾ ਵੀ ਫੈਸਲਾ ਕੀਤਾ ਗਿਆ ਹਾਈਕੋਰਟ ਨੇ ਬੜੇ ਤੱਥਾਂ 'ਤੇ ਕੀਤਾ ਕੋਰਟ ਨੇ, ਅਤੇ ਅਸੀਂ ਸਵਾਗਤ ਕਰਦੇ ਹਾਂ। ਬੜੇ ਦਲੇਰੀ ਦਾ ਫੈਸਲਾ ਹੈ ਕੋਰਟ ਦਾ, ਅਤੇ ਵੱਡੀ ਗੱਲ ਹੈ ਕਿ ਜਿਹੜਾ ਹਾਈਕੋਰਟ ਨੇ ਮੋਨੀਟਰ ਕੀਤਾ ਹੈ, ਕਿਉਂਕਿ ਲਾਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਹੈ ਕੋਈ ਆਪਣੇ ਹੱਥ ਨਹੀਂ ਲੈ ਸਕਦਾ। ਇਹਦਾ ਮਤਲਬ ਨਹੀਂ ਹੈ ਕਿ ਤੁਸੀਂ ਕਿੱਥੇ ਮਰਜ਼ੀ ਜਾ ਕੇ ਉਹ ਕਿਸੇ ਮਰਜ਼ੀ ਦੀ ਜਾਇਦਾਦ ਤੋੜ ਦਿਓ, ਸਰਕਾਰੀ ਜਾਇਦਾਦ ਤੋੜ ਦਿਓ। ਮੈਂ ਧੰਨਵਾਦ ਕਰਦਾ ਹਾਈਕੋਰਟ ਦਾ, ਜਿਨ੍ਹਾਂ ਨੇ ਬੜੇ ਸਖ਼ਤ ਆਦੇਸ਼ ਦਿੱਤੇ ਅਤੇ ਜਿਹਦੇ ਕਰਕੇ ਹੀ ਮੈਂ ਗੱਲਾਂ ਸਾਰਾ ਕੰਟਰੋਲ ਹੋਇਆ। ਮੈਂ ਇੰਨਾ ਕਹਿਣਾ ਚਾਹੁੰਦਾ ਕਿ ਮੈਂ ਛੋਟੀ ਛੋਟੀ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ। ਮੈਂ ਇੰਨਾ ਹੀ ਕਹਿਣਾ ਚਾਹੁੰਦਾ ਕਿ ਉਹਨਾਂ ਨੇ ਆਪਣੀ ਡਿਊਟੀ ਪੂਰੀ ਜਿਹੜੀ ਨਿਭਾਉਣੀ ਸੀ, ਜਿਵੇਂ ਕੰਟਰੋਲ ਕਰਨਾ ਸੀ, ਜਿਵੇਂ ਪਹਿਲੇ ਇੰਨੀਆਂ ਜਾਨਾਂ ਬਚ ਸਕਦੀਆਂ ਸੀ, ਇੰਨਾ ਨੁਕਸਾਨ ਬਚ ਸਕਦਾ ਸੀ, ਜੇ ਉਹ ਸਟਰੋਂਗਲੀ ਐਕਸ਼ਨ ਲੈਂਦੇ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।